ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਟੇਸਟ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਜੀ ਨਿੰਬੂ ਤੇ ਮਿਰਚ ਦਾ ਅਚਾਰ ਤੁਹਾਡੇ ਕਮੈਂਟ ਆਂਦੇ ਸੀ ਜੀ ਮੇ ਤੋਂ ਵੀਡੀਓ ਬਣਾ ਨਹੀਂ ਹੋਈ ਇਹ ਤੇ ਅੱਜ ਮੈਂ ਬਣਾਉਣ ਲੱਗੀ ਆ ਨਿੰਬੂ ਲੈ ਜੀ ਆਪਾਂ ਇਹਨਾਂ ਨੂੰ ਆਪਾਂ ਧੋ ਕੇ ਸਾਫ਼ ਕਰ ਲਿਆ ਚੰਗੀ ਤਰ੍ਹਾਂ ਰਾਤ ਆ ਜੀ ਹੁਣ ਰਾਤ ਨੂੰ ਮੈਂ ਇਹਨਾਂ ਨੂੰ ਕੱਟ ਕੇ ਤੇ ਨਮਕ ਲਾ ਕੇ ਇਹਨਾਂ ਨੂੰ ਮੈਂ ਰੱਖ ਦੇਣਾ ਆ ਤੇ ਦੇਖੋ ਜੀ ਆਪਾਂ ਨਿੰਬੂ ਸਾਰੇ ਕੱਟ ਲਏ ਅੱਧਾ ਕਿਲੋ ਮੈਂ 500 ਗ੍ਰਾਮ ਨਿੰਬੂ ਲਾਇਆ ਉਨੇ ਆਪਾਂ ਮਿਰਚਾਂ ਲੈਣੀਆਂ ਤੇ ਤੁਸੀਂ ਜਿਆਦਾ ਮਿਰਚਾਂ ਪਾਉਣੀ ਆ ਜਿਆਦਾ ਪਾ ਸਕਦੇ ਆ ਤੇ ਦੋ ਚਮਚ ਇਹਦੇ ਵਿੱਚ ਆਪਾਂ ਨਮਕ ਦੇ ਪਾ ਦਿੱਤੇ ਆ ਥੋੜੀ ਜੀ ਆਪਾਂ ਹਲਦੀ ਪਾਣੀ ਆ ਹਲਦੀ ਥੋੜੀ ਪਾਣੀ ਜੀ ਆਪਾਂ ਤੇ ਬਸ ਆਹੀ ਹਲਦੀ ਪਾਣੀ ਆ ਬਾਅਦ ਚ ਵੀ ਨਹੀਂ ਪਾਉਣੀ ਆ ਆਪਾਂ ਮਿਕਸ ਕਰਕੇ ਚੰਗੀ ਤਰ੍ਹਾਂ ਇਹਨਾਂ ਨੂੰ ਰਾਤ ਭਰ ਮੈਂ ਰੱਖ ਦੇਣਾ ਇਹਨਾਂ ਨੂੰ 10 12 ਘੰਟੇ ਜਿਹੜੇ ਆ ਆਪਾਂ ਰੱਖ ਲੈਣਾ ਤੇ ਜਿਹੜਾ ਇਹਨਾਂ ਦਾ ਨਿੰਬੂਆਂ ਦਾ ਪਾਣੀ ਉਹ ਚੰਗੀ ਤਰ੍ਹਾਂ ਨਿਕਲ ਆਊਗਾ ਤੇ ਦੇਖੋ ਜੀ ਆਪਾਂ ਇਦਾਂ ਮਿਕਸ ਕਰਤਾ ਹੈ ਨਮਕ ਤੇ ਹਲਦੀ ਪਾ ਕੇ ਬਹੁਤ ਹੀ ਸੌਖਾ ਜੀ ਅਚਾਰ ਪਾਉਣਾ ਇਹ ਬਸ ਮਾੜੇ ਜਿਹਾ ਧਿਆਨ ਰੱਖਣਾ ਚਾਹੀਦਾ ਹੈ ਗਿੱਲੇ ਨਾ ਹੋਣ ਨਿੰਬੂ ਮਿਰਚ ਜਿਹੜੀ ਆ ਤੇ ਦੇਖੋ ਆਪਾਂ ਢੱਕ ਦਿੱਤਾ ਰੱਖਤਾ ਤੇ ਦੂਜਾ ਦਿਨ ਹੋ ਗਿਆ ਜੀ ਸਵੇਰ ਹੁਣ ਤੇ ਦੇਖੋ ਇੰਨਾ ਪਾਣੀ ਜਿਹੜਾ ਹੈ ਇਹਨਾਂ ਦੇ ਵਿੱਚੋਂ ਨਿਕਲ ਆਇਆ ਮਿਰਚਾਂ ਜਿਹੜੀਆਂ ਮੈਂ ਧੋ ਲਈਆਂ ਸੀ ਧੋਪ ਨਹੀਂ ਨਿਕਲੀ ਹੈਗੀ ਧੋ ਕੇ ਇਹਨਾਂ ਨੂੰ ਆਪਾਂ ਪਹਿਲਾਂ ਮੈਂ ਰੱਖਤਾ ਸੀ ਛਾਣਨੀ ਚ ਹੁਣ ਆਪਾਂ ਇਹਨੂੰ ਕੱਪੜੇ ਦੇ ਨਾਲ ਸੂਤੀ ਕੱਪੜੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲੈਣੇ ਤਾਕੇ ਗਿੱਲੀਆਂ ਨਾ ਰਹਿਣ ਮਿਰਚਾਂ ਨੂੰ ਡੰਡੀਆਂ ਸਮੇਤ ਹੀ ਧੋਣਾ ਜੇ ਆਪਾਂ ਡੰਡੀਆਂ ਤੋੜ ਕੇ ਧੋਵਾਂਗੇ ਤਾਂ ਪਾਣੀ ਇਹਨਾਂ ਦੇ ਵਿੱਚ ਚਲੇ ਜਾਂਦਾ ਹੁਣ ਆਪਾਂ ਇਹਨਾਂ ਦੀਆਂ ਸਕਾਲੀਆਂ ਆਪਾਂ ਸਾਫ਼ ਕਰ ਲਈਆਂ ਕਾਟਨ ਦੇ ਕੱਪੜੇ ਦੇ ਨਾਲ ਤੇ ਇੱਕ ਥਾਲ ਚ ਮੈਂ ਪਾਣ ਲੱਗੀ ਹਾਂ ਜੀ ਪਾ ਕੇ ਇਹਨਾਂ ਦੀਆਂ ਡੰਡੀਆਂ ਆਪਾਂ ਲਾਹ ਦੇਣੀਆਂ ਆ ਤੇ ਇਹਨਾਂ ਨੂੰ ਆਪਾਂ ਕੱਟ ਦੇ ਲੈਣੇ ਆ ਚੀਰੇ ਦੇ ਲੈਣੇ ਆ ਆਪਾਂ ਮਿਰਚਾਂ ਨੂੰ ਦੇਖੋ ਬਿਲਕੁਲ ਸਿੰਪਲ ਸੌਖਾ ਤਰੀਕਾ ਜੀ achar ਬਣਾਉਣ ਦਾ ਅਚਾਰ ਕਦੇ ਵੀ ਖਰਾਬ ਨਹੀਂ ਹੁੰਦਾ ਇਹਨੂੰ ਆਟੇ ਵਾਲਾ ਹੱਥ ਨਾਲ ਲਾਓ ਤੇ ਗਿੱਲਾ ਹੱਥ ਨਾਲ ਲਾਓ ਗਿੱਲਾ ਚਮਚਾ ਨਾਲ ਪਾਓ ਵਿੱਚ ਦੇਖੋ ਐਦਾਂ ਡੰਡੀਆਂ ਆਪਾਂ ਤੋੜ ਕੇ ਸਾਰੀਆਂ ਮਿਰਚਾਂ ਦੀਆਂ ਤੇ ਐਦਾਂ ਪਾ ਇਹਨਾਂ ਨੂੰ ਜਿਹੜੇ ਕੱਟ ਲਾ ਲੈਣੇ ਚੀਰੇ ਤੇ ਲੈਣੇ ਮਿਰਚਾਂ ਨੂੰ ਆਪਾਂ ਤੇ ਦੇਖੋ ਜੀ ਸਾਰੀਆਂ ਮਿਰਚ ਆਪਾਂ ਐਦਾਂ ਜਿਹੜੀਆਂ ਆ ਅ ਕੱਟ ਲਾ ਲੈਣੇ ਇਹਨਾਂ ਨੂੰ ਤੇ ਧੋ ਕੇ ਮੈਂ ਪਹਿਲਾਂ ਮੈਂ ਛਾੜਨੀ 'ਚ ਰੱਖਤੀ ਸੀ ਫੇਮੈਂ ਕਾਟਨ ਦੇ ਕੱਪੜੇ ਨਾਲ ਸਾਫ ਕਰ ਲਈ ਚੰਗੀ ਤਰ੍ਹਾਂ ਇਧਰ ਮੈਂ ਤੇਲ ਦੇਖੋ ਗਰਮ ਰੱਖਿਆ ਬਸ ਇੰਨਾਕ ਤੇਲ ਆਪਾਂ ਪਾਉਣਾ ਐਨ ਜਿਹਦਾ ਧੂਆ ਨਿਕਲਦਾ ਤੇਲ ਦੇ ਵਿੱਚ ਉਹਨਾਂ ਆਪਾਂ ਗਰਮ ਕਰਨਾ ਹੁਣ ਉਹਨੂੰ ਬੰਦ ਕਰਤਾ ਠੰਡਾ ਹੋ ਜੇ ਮਸਾਲੇ ਆ ਜੀ ਲੈ ਕੁਛ ਮਿੱਠੀ ਸੌਂਫ ਜੀਰਾ ਅਜਵੈਣ ਇਹ ਮੇਥੇ ਆ ਜੀ ਮੇਥੀ ਦਾਣਾ ਇਹ ਹੈਗੀ ਐ ਪੀਲੀ ਸਰੋਂ ਦੇਖੋ ਥੋੜੇ ਥੋੜੇ ਆਪਾਂ ਮਸਾਲੇ ਸਾਰੇ ਲੈ ਲਏ ਆ ਤੇ ਘੱਟ ਸੇਕ ਦੇ ਉੱਤੇ ਇਹਨਾਂ ਨੂੰ ਮਸਾਲੇ ਨੂੰ ਆਪਾਂ ਰੋਸਟ ਕਰ ਲੈਣਾ ਆ ਇੱਕ ਤਾਂ ਇਹਨਾਂ ਦੀ ਸੇਲ ਨਿਕਲ ਜਾਂਦੀ ਆ ਦੂਜਾ ਥੋੜਾ ਜਿਹਾ ਇਹਨਾਂ ਦਾ ਜਿਹੜੀ ਆ 스মেল ਬਹੁਤ ਵਧੀਆ ਆਂਦੀ ਆ ਤੇ ਸੁੱਕ ਜਾਂਦੇ ਵਧੀਆ ਪੀਸ ਹੋ ਜਾਣੇ ਇਹ ਤੇ ਦੇਖੋ ਜੀ ਆਪਾਂ ਗੈਸ ਬੰਦ ਕਰ ਲਿਆ ਸੀ ਹਲਾ ਲਏ ਆ ਮਿਕਸੀ ਕੱਪ ਚ ਪਾ ਕੇ ਇਹਨਾਂ ਨੂੰ ਦਰ ਦਰੇ ਜੇ ਆਪਾਂ ਪੀਸ ਲੈਣਾ ਜਿਆਦਾ ਆਟਾ ਜਿਹਾ ਨਹੀਂ ਇਹਨਾਂ ਦਾ ਬਣਾਉਣਾ ਤੇ ਪੀਸ ਲੈ ਜੀ ਆਪਾਂ ਤੇ ਦੇਖੋ ਆਪਾਂ ਨਿੰਬੂ ਜਿਹੜੇ ਰਾਤ ਦੇ ਕੱਟ ਕੇ ਨਮਕ ਰਲਾ ਕੇ ਟਕਿਓ ਸੀ ਤੇ ਪਾਣੀ ਉਹਨਾਂ ਚੋਂ ਕਾਫੀ ਜਿਹੜਾ ਨਿਕਲਿਆ ਹੈ ਮੈਂ ਤੁਹਾਨੂੰ ਦਿਖਾਇਆ ਸੀ ਤੇ ਹੁਣ ਸਾਰੀਆਂ ਮਿਰਚਾਂ ਆਪਾਂ ਇਹਦੇ ਵਿੱਚ ਪਾ ਦੇਣੀਆਂ ਦੇਖ ਲਓ ਜੀ ਇੰਨਾ ਪਾਣੀ ਜਿਹੜਾ ਆਪਣੇ ਅੱਧਾ ਕਿਲੋ ਨਿੰਬੂ ਆ ਇਹ ਇਹਨਾਂ ਚੋਂ ਕਾਫੀ ਸਾਰਾ ਪਾਣੀ ਆਪਾਂ ਕੱਢਣਾ ਨਹੀਂ ਵਿੱਚੇ ਰਹਿਣ ਦਣਾ ਇਹਨਾਂ ਦੇ ਤੇ ਸਾਰੀਆਂ ਮਿਰਚਾਂ ਆਪਾਂ ਇਹਦੇ ਵਿੱਚ ਪਾ ਦੇਣੀਆਂ ਤੇ ਇੱਕ ਕਲੌਂਜੀ ਹੈ ਜੀ ਥੋੜੀ ਜੀ ਆਪਾਂ ਕਲੌਂਜੀ ਪਾ ਦਤੀ ਆ ਤੇ ਨਮਕ ਇਹਦੇ ਵਿੱਚ ਜ਼ਿਆਦਾ ਪਾਉਣਾ ਹੈ ਇਹਦੇ ਵਿੱਚ ਮੈਂ 5 ਚਮਚ ਜਿਹੜੇ ਵੱਡੇ ਭਰ ਕੇ ਚੰਗੀ ਤਰ੍ਹਾਂ ਪਾਣੀ ਹੈ ਪਹਿਲਾਂ 2 ਚਮਚ ਆਪਾਂ ਪਹਿਲਾਂ ਪਾਇਓ ਆ ਕਿਉਂਕਿ ਨਿੰਬੂ ਖੱਟਾ ਬਹੁਤ ਹੁੰਦਾ ਹੈ ਇਸ ਕਰਕੇ ਨਮਕ ਜ਼ਿਆਦਾ ਚਾਹੀਦਾ ਹੈ ਜਿਹੜੇ ਮਸਾਲੇ ਆਪਾਂ ਪੀਸੇ ਸੀ ਉਹ ਪਾ ਦੱਤੇ ਆ ਤੇ ਬਸ ਨਮਕ ਆਪਾਂ ਪਹਿਲਾਂ ਕਲੌਂਜੀ ਪਾਈ ਆ ਨਮਕ ਪਾਇਆ ਤੇ ਜਿਹੜੇ ਮਸਾਲੇ ਆਪਾਂ ਪੀਸੇ ਸੀ ਉਹ ਪਾਏ ਆ ਇਹਨੂੰ ਮਿਕਸ ਕਰ ਲੈਣਾ ਚਾਰ ਨੂੰ ਚੰਗੀ ਤਰ੍ਹਾਂ ਬਿਲਕੁਲ ਸੌਖਾ ਤਰੀਕਾ ਹੈ ਜੀ ਮੈਂ ਵੀਡੀਓ ਬਿਲਕੁਲ ਛੋਟੀ ਰੱਖਦੀ ਹੁੰਨੀ ਆ ਤੇ ਦੇਖੋ ਜੀ ਆਪਾਂ ਤੇਲ ਜਿਹੜਾ ਗਰਮ ਕੀਤਾ ਸੀ ਤੇਲ ਗਰਮ ਕਰਕੇ ਹੀ ਪਾਉਣਾ ਚਾਹੀਦਾ ਗਰਮ ਕਰਕੇ ਠੰਡਾ ਕਰਕੇ ਤੇਲ ਨੂੰ ਫਿਰ ਪਾਓ achar ਚ ਕਦੇ ਵੀ ਇਹ achar ਖਰਾਬ ਨਹੀਂ ਹੁੰਦਾ ਜਿੰਨੀ देर ਮਰਜੀ achar ਨੂੰ ਰੱਖ ਛੱਡੋ ਬਸ ਗਿੱਲਾ ਚਮਚ ਨਾ ਪਾਓ ਤੁਸੀਂ ਤੇ ਕੁਝ ਆਟੇ ਵਾਲੇ ਹੱਥ ਨਹੀਂ ਲੱਗਣੇ ਚਾਹੀਦੇ ਇਹਨੂੰ achar ਕਦੇ ਵੀ ਖਰਾਬ ਨਹੀਂ ਹੁੰਦਾ ਥੋੜਾ ਜਿਹਾ ਧਿਆਨ ਰੱਖੋ ਤੇ ਦੇਖੋ ਜੀ ਆਪਾਂ ਇੱਕ ਕੱਚ ਦੇ ਮਰਤਵਾਨ ਦੇ ਵਿੱਚ ਇਹਨੂੰ ਮਿਕਸ ਕਰਕੇ achar ਨੂੰ ਪਾ ਲਿਆ ਸਾਰੇ ਨੂੰ ਤੇ ਇਹਨੂੰ ਫਿਰ ਆਪਾਂ ਹਲਾ ਕੇ ਢੱਕਣ ਬੰਦ ਕਰਕੇ ਤੇ ਧੁੱਪ ਨਿਕਲੀ ਤਾਂ ਧੁੱਪੇ ਰੱਖ ਦਾਂਗੇ ਤੇ ਨਹੀਂ ਤਾਂ ਧੁੱਪ ਵੈਸੇ ਜਦੋਂ ਨਿਕਲ ਜਾਂਦੀ ਤਾਂ ਇਹਨੂੰ ਧੁੱਪੇ ਰੱਖ ਦੇਣਾ ਚਾਹੀਦਾ ਪੰਜ ਚਾਰ ਦਿਨ ਦੇਖੋ ਸਾਰਾ ਇਹ achar ਆਪਾਂ ਜਿਹੜਾ ਆ ਪਾਤਾ ਆ ਇੱਕ ਮਰਦਮਾਨ ਦੇ ਵਿੱਚ ਇਹਨੂੰ ਆਪਾਂ ਸਾਫ਼ ਕਰਦੰਨੇ ਉੱਪਰੋਂ ਕਰਕੇ ਢੱਕਣ ਬੰਦ ਕਰਕੇ ਤੇ ਆਪਾਂ achar ਜਿਹੜਾ ਰੱਖ ਦੰਨੇ ਦੇਖੋ ਜੀ ਤੁਹਾਡੇ ਕਮੈਂਟ ਮੈਨੂੰ ਬਹੁਤ ਆਉਂਦੇ ਸੀ ਜੀ ਨਿੰਬੂ ਤੇ ਮਿਰਚ ਦਾ achar ਪਾ ਕੇ ਦੱਸੋ ਮੇਰਾ ਟਾਈਮ ਨਹੀਂ ਲੱਗਦਾ ਸੀਗਾ ਇਸ ਕਰਕੇ ਵੀਡੀਓ ਲੇਟ ਹੋ ਗਈ ਜੀ ਤੇ ਦੇਖੋ ਜੀ ਆਪਾਂ ਵੀਡੀਓ ਛੋਟੀ ਰੱਖੀ ਦੀ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਈ ਦੀ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਆ ਸਪੋਰਟ ਕਰੋ ਸਾਡੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਜੀ ਤੁਹਾਡੀ ਸਪੋਰਟ ਦੇ ਨਾਲ ਹੀ ਸਾਡੇ ਚੈਨਲ ਨੇ ਅੱਗੇ ਵਧਣਾ ਸਾਡਾ ਹੌਸਲਾ ਵਧਣਾ ਆ ਦੇਖੋ ਜੀ ਨਿੰਬੂ ਤੇ ਮਿਰਚ ਦਾ ਬਹੁਤ ਵਧੀਆ ਆਚਾਰ ਬਣ ਕੇ ਤਿਆਰ ਹੋ ਗਿਆ ਵੀਡੀਓ ਦੇਖਣ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ